थोड़े जत्तल कुत्ते जे करके नहीं उठी मैं की पता तड़के कोई लत बांह फड़ ले मेरी है खड़का दड़का किया मुड़ के मेरी तो अख ही ना लगी उधर भाई रात इन्नी हवा चले फरन फरन मेरे तो यह जी गोड्या च चीसा पैं तड़के मसा कंधा हाथ पा पा उठी सच आया कर रजाइया कढ़ ला पता जे रजाइया कड लेंगी ना तो अज आप तो पलवा लागे ते रात नु उत्ते ले लांगे है कोई ना मासी मैं कम कर करके फिर कढ़ दियां नाले सका लूंगी धूप ते अपना मुंडा किथे जस्सा जस्सा तो मेनू नठा के धारा कट के दूध पान गया होया डायरी अच्छा डायरी च गया वा ओ तो बेचारा तड़की लंग गया चल आ जाऊंगा मेनू आया कर मड़ जे कोसा जा पानी दे मैं करली करके ते फिर काम धंधे लगगे मैं तो ऊ ही नहीं सिकदा एड्डा दिन चढ़न दित्ता ले आ ले मासी ले आ भाई हिला चला के देख लो की पता पूरा पारा ना एलीफेंट जा जे कोरा कागज हैगा तेरे कोले ओदे तो ओ लवा ला बोल लवा तड़की ना पाथी पत्थे कर भाई मैं कहंदे सेदा की पता सदो ने पूरा हो जाणा गा तीमगा जा रहे तीमगा जा ए बचदे नहीं हुंदे वाला चेहरा हां तन मैं दसा ले आ पैर टोर नाल सुत्ता पैं दी नु कोई फिक्र ही नहीं हैगी ना खेत दा ना बाड़ी दा खड़ा होए खड़ा हो उठ कर 10 बजे पए नेगे परौणा है औरे तू की हो गया की हो गया सूरज देख ले सूरज नु फिर मैं की करा हुन माड़ा मोटा बंदा काम धंधा कर ले सयाना मैड़ा तू बंदा गा इथे पे छोड़ा लगदा तू दिहाड़ी ते भेज दे भाई मेनू भाग जा दिहाड़ी ते भाग जा दिहाड़ियां ला दे मेनू किते ना किते जे तेरा ढिड भर असी ना सौखे हो जे तू दिहाड़ी ते जाण लग जे ਤੁਸੀਂ ਤਾਂ ਸੌਖੇ ਹੁੰਦੇ ਨਹੀਂ ਭਾਈ ਕਿੱਥੇ ਮੰਜਾ ਡਾ ਲੈਂਦਾ ਜੇ ਮੈਂ ਤਾਂ ਕਹਿੰਦਾ ਉਹ ਸੱਪ ਹੀ ਲੜ ਜੇ ਮੇਰਾ ਸਾਲੇ ਦੇ ਤੂੰ ਨਹੀਂ ਸੌਖਾ ਹੁੰਦਾ ਭਾਈ ਤੂੰ ਨਹੀਂ ਸੌਖਾ ਹੁੰਦਾ ਹੈ ਮਾੜਾ ਮੋਟਾ ਦੇਖ ਤਾਂ ਲੈ ਫਿਰ ਕੀ ਦੇਖਾਂ ਕੋਈ ਮੈਂ ਸਮੂਸਾ ਦਾ ਦੇਖ ਲੈ ਖੇਤ ਬਾੜੇ ਗੇੜਾ ਗੁੜਾ ਮਾਰਿਆ ਦੁੱਧ ਦਾਦੀ ਪਾਇਆ ਕਰ ਮੈਂ ਹੁਣ ਪਾ ਕੇ ਆਇਆ ਮੇਰਾ ਨਹੀਂ ਚਿੱਤ ਠੀਕ ਹੈਗਾ ਭਾਈ ਹੁਣ ਮੈਂ ਕੀ ਕਰਾਂ ਚਿੱਤ ਨੂੰ ਕਿਤੇ ਜਵਾਕ ਹੋਣ ਵਾਲਾਗਾ ਜਦੋਂ ਜਵਾਕ ਹੋਣਾ ਜਦੋਂ ਹੋਣ ਨਹੀਂ ਦਿੱਤਾ ਤੈਨੇ ਲੱਛੜ ਦਾ ਤੇਰੇ ਮਾੜੇ ਦੀ ਕੱਲ ਕਿੱਥੇ ਗਿਆ ਦੀ ਉਹ ਤੂੰ ਦੱਸੀ ਮਾੜੇ ਕਿੱਥੇ ਗਿਆ ਦੀ ਤੂੰ ਕੱਲ ਦੱਸੀ ਕਿੱਥੇ ਗਿਆ ਦੀ ਤੂੰ ਕੱਲ ਮੈਂ ਕਿੱਥੇ ਗਿਆ ਕੱਲ ਹੁਣ ਤੈਨੂੰ ਪਤਾ ਲੱਗ ਕਿੱਥੇ ਗਿਆ ਦੀ ਕਿੱਥੇ ਗਿਆ ਦੀ ਹਾਂ ਦੱਸ ਕੰਨ ਦਿਖਾਉਣ ਗਿਆ ਤੀ ਉਰ ਕੇ ਕੰਨ ਕਿਉਂ ਰੰਨ ਦੇਖਣ ਗਿਆ ਤੀ ਤੂੰ ਕੰਨ ਦਾ ਤਾਂ ਬਹਾਨਾ ਹੈ ਕਿਹੜਾ ਪੈਣ ਦਾ ਖਸਮ ਕਹਿੰਦਾ ਮੈਂ ਰੰਨ ਦੇਖਣ ਗਿਆ ਸਾਰਾ ਪਤਾ ਮੈਨੂੰ ਸਾਰਾ ਪਤਾ ਜਦੋਂ ਉਹਦੇ ਨਾਲ ਆਪਣਾ ਕੋਈ ਲੱਲਾ ਖੱਖਾ ਨਹੀਂ ਨਿਬੜਨ ਰਵਈਆ ਹੋ ਗਿਆ ਭੈਣ ਮਰਾਵੇ ਜਿਹੜੇ ਲੈਗੀ ਲੈਗੀ ਤੂੰ ਕੀ ਛੁੱਟਛੜਾ ਫੜ ਜਾਣਾ ਹੁਣ ਉਹਦੇ ਮੰਗਰ ਕੀ ਕਰਨ ਜਾਂਦਾ ਤੂੰ ਕੀ ਗਿਆ ਮੈਂ ਯਾਰਾ ਓ ਤੂੰ ਰਹਿਣ ਦੇ ਰਹਿਣ ਦੇ ਰਹਿਣ ਦੇ ਤੂੰ ਲੱਛਣ ਨਹੀਂ ਤੇਰੇ ਸੁਧਰ ਸਕਦੇ ਸਾਰੀ ਉਮਰ ਤੇਰੀ ਨਹੀਂ ਸੁਧਰ ਸਕਦੇ ਸਾਰਾ ਰਸਤਾ ਮੈਨੂੰ ਧੁੱਤੇ ਨੇ ਗਏ ਨਹੀਂ ਤੁਸੀਂ ਕਰੇ ਮੇਰੇ ਤਾਂ ਕੰਨ 'ਚ ਟਾਂਟ ਪੈਂਦੀ ਹੈ ਖਸਮ ਦੇ ਦੇ ਗੱਲ ਨਹੀਂ ਹਾਜ਼ਮ ਹੋ ਰੋਟੀ ਕਿੱਥੋਂ ਹਾਜ਼ਮ ਆ ਕੀ ਕਰਨ ਗਿਆ ਤੂੰ ਦੱਸੀ ਮੜਿਆ ਕੀ ਗੱਡਾ ਖੜਿਆ ਸੀ ਉੱਥੇ ਜਾਣਕਣੀ ਉਹ ਫੇਰੇ ਲੈਣ ਗਿਆ ਸੀ ਜਦੋਂ ਟਾਈਮ ਤੇ ਉਹਦਾ ਲੈ ਨਹੀਂ ਗਏ ਫੇਰੇ ਲੈ ਨਹੀਂ ਗਏ ਨਾ ਹੋਰ ਆ ਰੋਜ਼ ਤਾਂ ਤੇਰੀ ਬਹੂ ਗੜੀ ਜਾਂਦੀ ਆ ਮੈਨੂੰ ਪੈਸੇ ਲਿਆ ਦੇ 15 ਲੱਖ ਪੈਸੇ ਲਿਆ ਬਹੂ ਹੀ ਚੁਬਦੀ ਆ ਬਹੂ ਹੀ ਚੁਬਦੀ ਆ ਹਾਂ ਹੁਣ ਜੇ ਮੈਂ 15 ਲੱਖ ਪੁੱਛਣ ਗਿਆ ਭਾਈ ਫਿਰ ਤੁਸੀਂ ਐ ਕਰਨ ਲੱਗੇ ਮੇਰੇ ਨਾਲ ਫਿਰ ਕਿਸੇ ਨੂੰ ਦੱਸਿਆ ਤੂੰ ਵੀ ਮੈਂ ਉੱਥੇ ਜਾ ਕੇ ਆਉਣਾਗਾ ਸੰਗ 'ਚ ਸਪਰੇਅ ਛੱਡ ਦੇ ਮੇਰੇ ਤੂੰ ਆਪਦੇ ਲੱਛਣੀ ਡੇਗੇਗਾ ਤੂੰ ਆਪੇ ਮਰ ਜਾਗਾ ਸਾਡੇ ਕੋਲੋਂ ਲੈ ਤੂੰ
ਜਿਹਨੂੰ ਘਰੇ ਬਾੜਨਾ ਉਹਨੂੰ ਤੂੰ ਘਰੇ ਨੀ ਬਾੜ ਕੇ ਰਾਜੀ ਉਹਨੂੰ ਤੂੰ ਕਹਿਣਾ ਉੱਥੇ ਰਹਿ ਮੈਂ ਬਾੜਦਾ ਨਹੀਂ ਯਾਰ ਚੋਦੀ ਰੱਖਦਿਆ ਮੈਂ ਕਿਉਂ ਬਾੜਾ ਕਿਉਂ ਬਾੜਾ ਮੈਂ ਜਿੰਨਾਂ ਨੂੰ ਘਰੇ ਨਹੀਂ ਬਾੜਨਾ ਭੈਣ ਚੋਦਾ ਮੈਂ ਠਮਾਉਂਦਾ ਰਹਿ ਜਾਣਾਗਾ ਉਰੀ ਉਰੀ ਮੈਂ ਉਧਰ ਦਾ ਆਪ ਚੰਗ 15 ਲੱਖ ਦੇਤਾ ਉਹਨੂੰ ਚੱਕ ਕੇ ਭੈਣ ਚੋ ਡਾਕਖਾਨੇ ਚ ਲੱਗੀ ਆ ਉਹ ਮੈਨੂੰ ਐ ਗੱਲ ਮੇਰੀ ਗੱਲ ਮੈਨੂੰ ਐ ਦੱਸ ਹੈ ਤੈਨੂੰ ਮੇਰੀ ਬਹੂ ਚੁਭਦੀ ਆ ਮੇਰੇ ਸਹੁਰੇ ਚੁਭਦੇ ਨੇ ਤੈ ਉਹ ਬਾੜਾ ਜਿਹਾ ਲਿਆ ਕੇ 2.5 ਸਾਲ ਹੋ ਗਏ ਇੱਥੇ ਘਰੇ ਬਾੜ ਰੱਖਿਆ ਮੈਂ ਬੋਲਿਆ ਕੁਛ ਰਹਿੰਦੀ ਖੁੰਦੀ ਹੋ ਗਏ 7 ਮਹੀਨੇ ਹੋ ਗਏ ਉਹ ਤੇਰੀ ਬੌਲੀ ਜੀ ਆ ਕੇ ਉਹ ਬੜ ਰਹੀ ਆ ਹੁਣ ਬਾਹ ਫੜ ਕੇ ਘਰੋਂ ਕੱਢਦਾ ਫਿਰ ਉਹਨੂੰ ਬਾਹ ਫੜ ਕੇ ਦੱਸੀ ਮੜਾ ਜਾ ਆ ਮੇਰਾ ਹਾਲਾਤ ਦੇਖ ਲੈ ਕੰਮ ਕਰਦੇ ਨੇ ਅਗਲੇ ਮੇਰੇ ਹਾਲਾਤ ਦੇਖ ਲੈ ਮੇਰੇ ਹਾਲਾਤ ਕੀ ਨੇ ਕੌਣ ਆਇਆ ਕਿਵੇਂ ਆਇਆ ਕਦੋਂ ਆਇਆ ਕੀ ਬੋਲਦਾ ਗਾ ਹੈ ਮੇਰੇ ਹਾਲਾਤ ਦੇਖ ਲੈ ਕੀ ਨੇ ਅਸੀਂ ਅੱਜ ਧੀ ਮਾਰੇ ਆਏ ਆ ਸਾਡੀ ਧੀ ਇਸ ਹਾਲਤ ਆ ਤਾਂ ਆਏ ਆ ਛੋਡੀ ਧੀ ਭਾਈ ਸਾਰੀ ਸੁਖੀ ਆ ਮੈਂ ਬਹੁਤ ਔਖੀ ਆ ਬਹੁਤ ਦੁਖੀ ਆ ਮੈਂ ਤੂੰ ਭਾਈ ਖਾਂਦਾ ਪੀਂਦਾ ਉਹ ਇੱਕ ਕਮਰਾ ਇਹਨਾਂ ਨੇ ਸਾਂਭ ਰੱਖਿਆ ਇਹਨੇ ਤੇ ਇਹਦੀ ਬਹੂ ਨੇ ਸਾਂਭਾਂਗੇ ਨਹੀਂ ਫਿਰ ਸਾਂਭਾਂਗੇ ਨਹੀਂ ਕਮਰਾ ਤੈਂ ਸਾਂਭ ਲਿਆ ਮੈਨੂੰ ਚੱਕ ਕੇ ਤੋੜੀ ਹੋਏ ਸੜਤਾ ਹੋਰ ਨਾ ਮੇਰੀ ਗੱਲ ਸੁਣ ਤੂੰ ਮੇਰੇ ਭਾਈ ਨੂੰ ਬੋਲਾ ਬੋਲਾ ਕੀ ਕਹਿੰਦਾ ਤੂੰ ਬੜਾ ਚੱਜਦਾ ਹੁਣ ਸ਼ਰਮ ਨਹੀਂ ਆਉਂਦੀ ਇਹਨੂੰ ਲੱਛਣ ਦੇਖ ਲੈ ਕੀ ਕਰਦਾਗਾ ਤੇਰੇ ਨਾਲੋਂ ਜ਼ਿਆਦਾ ਕੰਮ ਕਰਦਾ ਉਹ ਗੱਡਾ ਖੜਿਆ ਉੱਥੇ ਜਾਣ ਨੂੰ 5 ਵਜੇ ਦਾ ਰੇ ਪਵਾਣ ਗਿਆ ਆਪਣੇ ਦੋਸਤ ਨਾਲ ਰੇ ਕਿੱਥੇ ਗਿਆ ਪੁੱਤ ਮੇਰੀ ਗੱਲ ਸੁਣ ਲੈ ਜੇ ਹੁਣ 19 ਕੀ ਹੋ ਗਈ ਮੈਂ ਨਹੀਂ ਠਾਣੇ ਜਾਂਦਾ ਵਧੀਆ ਤੇਰੇ ਚੱਤਣ ਕੁੱਟਣ ਵਧੀਆ ਪਤਾ ਲੱਗੇ ਤੈਨੂੰ ਇਹ ਤਾਂ ਭਾਈ ਮੇਰਾ ਜਾਉਣਾ ਦੁੱਬਰ ਕਰਤਾ ਜਾਉਣਾ ਦੁੱਬਰ ਕਰਤਾ ਨਾਲੇ ਹੋਰ ਹੋ ਦੱਸ ਕਿੱਥੇ ਮਰਾਂ ਕਿੱਥੇ ਪਵਾਂ ਮੈਂ ਕਿੱਥੇ ਮਰ ਜਾ ਜਿੱਥੇ ਮਰਜੀ ਮਰ ਜਾ ਜਿੱਥੇ ਮਰਜੀ ਮਰਦੇ ਸਾਡੇ ਕੋਲ ਲੈ ਤੂੰ ਚਲ ਉੱਠ ਪਾ ਤਾਂ ਆਪਾਂ ਇਹਦੇ ਮੂੰਹ ਲੱਗਦੇ ਰੰਗ ਮਾਰ ਕੇ ਤੜਕੀ ਤੜਕੀ ਆ ਦੇਖ ਲੈ ਆ ਆ ਆ ਭੈਣ ਦੇ ਖਦਮਾ ਤੇਰੇ ਸਹਰਾਣੇ ਰੱਖ ਰੱਖ ਸੋਨਾ ਆ ਤੈਨੂੰ ਮੇਲੇ ਚ ਲਿਆ ਲਿਆ ਕਿਤੇ ਖੜਿਆ ਹੋਇਆ ਸਾਰੀ ਖੜਿਆ ਹੁੰਦੇ ਨੇ ਗੇ ਕਿਤੇ ਲਖੜਿਆ ਹੋਇਆ ਤੈਨੂੰ ਅਜੇ ਵੀ ਤੇਰੇ ਖੇਡ ਸਹਰਾਣੇ ਰੱਖ ਕੇ ਸੋਨਾ ਮੈਂ ਤੈਨੂੰ ਕਹਿੰਦਾ ਬਾਪ ਵਰਗੇ ਪਿਓ ਦੀ ਭਾਈ ਦੀ ਕਦਰ ਨਹੀਂ ਤੈਨੂੰ ਹੈਗੀ ਤੈਨੂੰ ਇਹ ਨਹੀਂ ਹੈਗਾ ਮੇਰੇ ਬਾਪ ਵਰਗਾ ਮੇਰਾ ਭਾਈ ਤੇਰੀ ਕਦਰ ਕਰਦਾ ਤੈਨੂੰ ਕਦਰ ਕਰਾਉਣੀ ਨਹੀਂ ਆਉਂਦੀ ਹਾਂ ਕਰਾਉਣੀ ਆ ਉਹ ਨਹੀਂ ਆਉਂਦੀ ਭਾਈ ਤੈਨੂੰ ਕਰਾਉਣੀ ਨਹੀਂ ਆਉਂਦੀ ਮੈਂ ਕਬੀਲਦਾਰੀ ਦੇਖਦਾ ਦੇਖਦਾ ਵੱਡਾ ਹੋਇਆ ਤੂੰ ਤੀਵੇਂ ਦੇ ਚੱਤਰ ਸੁੰਗ ਸੁੰਗ ਵੱਡਾ ਹੋਇਆ ਸੁਣਦਾ ਮੈਂ ਤੂੰ ਹੋਰ ਕਹਾਂਗਾ ਭੈਣ ਦੇ ਖਸਮਾਂ ਨੇ ਚਾਹ ਪਾਣੀ ਦਾ ਕੀ ਪੁੱਛਣੇ ਤੰਨੇ ਆ ਚੜੇ ਮੋਢਿਆਂ ਤੇ ਮੇਰੇ ਨਹੀਂ ਆ ਚੜੇ ਭੈਣ ਦੇ ਉਹ ਕਿਵੇਂ ਮਾਦੀ ਵਾਲਿਆ ਹੋਰ ਵੱਡਾ ਨਾਮ ਲੈ ਲਾ ਭਰਾ ਚਾਨਣ ਕਾ ਕਹਿੰਦਾ ਚਾਨਣ ਦਾ ਹੀ ਕਹਦੇ ਹੋਰ ਕਿੱਦਾਂ ਵਧੀਆ ਅੱਛਾ ਅੱਛਾ ਮੇਰਾ ਸਹੀ ਨਾਮ ਲੈ ਲਿਆ ਗੁਰਜੀਤ ਨਾਮ ਹੈ ਅੱਛਾ ਅੱਛਾ ਕਦੋਂ ਆਇਆ ਸੀ ਮੈਂ ਭਰਾ ਆਇਆ ਪਰਸੋਂ ਤੂੰ ਸੁਣਾ ਤੂੰ ਕਦੋਂ ਆਇਆ ਮੈਂ ਕੱਲ ਰਾਤ ਆਇਆ ਕੱਲ ਰਾਤ ਆਇਆ ਹਾਂ ਮੈਂ 11 ਕ ਵਜੇ ਆ ਗਿਆ ਸੀਗਾ ਪੁਰਤਗਾਲ ਗਿਆ ਸੀ ਨਾ ਤੂੰ ਹਾਂ ਬਈ ਮੈਂ ਪਹਿਲਾਂ ਪੁਰਤਗਾਲ ਗਿਆ ਸੀ ਹੁਣ ਮੈਂ ਸਵੀਡਨ ਹੁੰਨਾ ਹੋ ਗਏ ਮੈਨੂੰ 2 ਸਾਲ ਸਵੀਡਨ ਗਏ ਨੂੰ ਬਹੁਤ ਵਧੀਆ ਗੱਲ ਬਹੁਤ ਵਧੀਆ ਹੋਰ ਕਿੱਦਾਂ ਠੀਕ ਠਾਕ ਆਹ ਵਧੀਆ ਵਧੀਆ ਚੱਲ ਵਧੀਆ ਘਰੇ ਸੱਟਨੇ ਸਾਰੇ ਸਭ ਹੈ ਜੀ ਤੂੰ ਅਮਰੀਕਾ ਹੁਣ ਮੈਂ ਅਮਰੀਕਾ ਤਾਂ ਕਾਨੂੰ ਗਿਆ ਸੀ ਪਤਾ ਪਿੰਡ ਦਾ ਆਪਾਂ ਅਮਰੀਕਾ ਹੀ ਦੱਸੀਦਾ ਸੀਗਾ ਆਪਾਂ ਗਏ ਤਾਂ ਉੱਥੇ ਸੀ ਦੋਹਾ ਕਦੋਂ ਗਏ ਸੀ ਅੱਛਾ ਅੱਛਾ ਉਹ ਅਸਲ 'ਚ ਤੈਨੂੰ ਮੈਂ ਗੱਲ ਦੱਸਦਾ ਕੀ ਹੋਈ ਸੀ ਮੈਂ ਤਾਂ ਡੌਂਕੀ ਲਾਈ ਸੀ ਤੈਨੂੰ ਪਤਾ ਹੀ ਹੈ ਹੈਨਾ ਮੈਂ ਨਾਲਦਿਆਂ ਨੂੰ ਕਹਿਤਾ ਵੀ ਤੁਸੀਂ ਕੰਧ ਟੱਪ ਜਾਓ ਮੈਕਸੀਕੋ ਦੇ ਬਾਰਡਰ ਵਾਲੀ ਕੰਧ ਮੇਰੀ ਵਜ੍ਹਾ ਡੰਡੇ 'ਚ ਕੱਟ ਗਏ ਕੱਦ ਛੋਟਾ ਹੋਣ ਕਰਕੇ ਨਾ ਮੈਂ ਪੁਰਤਗਾਲ ਜੀ ਰਿਹਾਇਸ਼ ਕਰ ਲਈ ਆਪਦੀ ਅੱਛਾ ਅੱਛਾ ਹੁਣ ਪੁਰਤਗਾਲ ਹਾਂ ਪਿੰਡ ਵਾਲਿਆਂ ਨੂੰ ਕਿਹੜਾ ਪਤਾ ਲੱਗਦਾ ਉਹਨਾਂ ਤਾਂ ਫੋਨ ਤੇ ਵੀਡੀਓ ਕਾਲ ਤੇ ਕਹਿਣਾ ਯਾ 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 ਬਸ ਉਹਨਾਂ ਨੂੰ ਤਾਂ ਸਮਝ ਲੈਣਾ ਸਹੀ ਹੈ ਚੱਲ ਹੋਰ ਦੱਸ ਗੱਲਬਾਤ ਹੋਰ ਵਧੀਆ ਪੈਸਾ ਪੂਸਾ ਬਣ ਜਾਂਦਾ ਵਧੀਆ ਹੈ ਫਿਰ ਪੈਸੇ ਵਧੀਆ ਯਾਰ ਸੋਹਣੇ ਬਣ ਜਾਂਦੇ ਨੇ ਚੱਲ ਹੈਗਾ ਤਾਂ ਵਿਦੇਸ਼ ਹੀ ਉਦਾਂ ਤੈਨੂੰ ਪਤਾ ਹੀ ਆ ਹਨ ਪਰ ਫਿਰ ਵੀ ਵਧੀਆ ਮੁਲਕ ਆ ਜੀ ਨੇ ਰੋਟੀ ਜੋਗੇ ਕਰਤੇ ਹੋਰ ਦੱਸ ਗੱਲਬਾਤ ਆ ਬਾਬਾ ਨਹੀਂ ਤਦੇ ਆਉਂਦਾ ਇਹ ਹੈਗਾ ਹਲੇ ਮਰਿਆ ਨਹੀਂ ਹੋਰ ਸੁਣਾ ਕਿੱਦਾਂ ਤਕੜਾ ਰਹਿਣਾ ਵਧੀਆ ਵਧੀਆ ਹੋਰ ਸੁਣਾ ਕੀ ਬਣਦਾ ਹੁੰਦਾ ਅੱਛਾ ਅੱਛਾ ਚੰਡੀਗੜ੍ਹ ਵੱਲ ਬੋਲਦੇ ਬਾਹਰੋਂ ਆ ਕੇ ਸਿੱਧਰੀ ਪੁੱਧਰੀ ਬੋਲੀ ਬੋਲਿਆ ਕਰੋ ਆਪਦੀ
ਤਾਏ ਬਾਹਰ ਐਵੇਂ ਹੀ ਬੋਲਦੇ ਹੁੰਦੇ ਨੇ ਫਿਰ ਪ੍ਰਭਾਵ ਜਿਹਾ ਪੈ ਜਾਂਦਾ ਨਾ ਹੋਰ ਇੰਨੀ ਫੋਨੇ ਲਾ ਤੋ ਮੈਨੂੰ ਇੱਕ ਨਾ ਤਾਏ ਅਸੀਂ ਕੋਈ ਨਹੀਂ ਲਾਉਂਦੇ ਕਿਉਂ ਨਾ ਨਾ ਤੇਰਾ ਕੀ ਪਤਾ ਕਿਹਨੂੰ ਲਵਾ ਦੇ ਹਲੇ ਮਸਾ ਤਾਂ ਬਾਹਰੋਂ ਆਏ ਹੈਗੇ ਇੱਥੇ ਸਟੇਡੀਆ ਉੱਥੋਂ ਲਵਾ ਲਾ ਜਾ ਕੇ ਕੁਛ ਨਹੀਂ ਹੁੰਦਾ ਹੁਣ ਡੇਢੇ ਛੱਤਰ ਚੱਕੀ ਫਿਰਦੇ ਹੋਰ ਕੀ ਕਰਨੇ ਹੋ ਕੀ ਦਾ ਫੋਨ ਲਾਉਣਾ ਲੈਣੇ ਮੇ ਹੋ ਕੀ ਦਾ ਫੋਨ ਲਾਉਣਾ ਨਾ ਨਾ ਤਾਏ ਲਾਉਣਾ ਨਹੀਂ ਬਸ ਮੁੰਡੇ ਦਾ ਲਾਉਣਾ ਹੈ ਕੁੜੀ ਦਾ ਲਾਉਣਾ ਹੈ ਮੁੰਡੇ ਦਾ ਲਾਉਣਾ ਜਾਂ ਕੁੜੀ ਦਾ ਲਾਉਣਾ ਹੈ ਕੁੜੀ ਦਾ ਲਾਉਣਾ ਹੈ ਲੈ ਮੁੰਡੇ ਦਾ ਹੁਣ ਭੈਣ ਦੇ ਖਸਮਾ ਦੋਨਾਂ ਨੇ ਕੱਢ ਲਏ ਚੱਲ ਹੁਣ ਫਿਰ ਬੁੜੇ ਬੰਦੇ ਦੀ ਮਾੜੀ ਮੋਟੀ ਉਹ ਤਾਂ ਕਰਨੀ ਪੈਂਦੀ ਆ ਰਹਿਣ ਦੋ ਮੇਰੇ ਕੋਲ ਹੈਗਾ ਟੈਲੀਫੋਨ ਇਹ ਤਾਂ ਲਾ ਦੋ ਉਹ ਕੋਈ ਨਹੀਂ ਮੇਰੇ ਅੱਜ ਬੈਲੈਂਸ ਪੂਰਾ ਹੈ ਪਹਿਲਾਂ ਤਾਂ ਮੁੱਕ ਗਿਆ ਜੀ ਤੇਰੇ ਵਿੱਚ ਹੈ ਇਹਦੇ WhatsApp ਕਾਲ ਹੋ ਜਾਂਦੀ ਹੈ ਨਾ ਇਹ ਤਾਂ ਆਪ ਖਾਸਾ ਵੱਡਾ ਲਈ ਫਿਰਦਾ ਜਿੰਦਾ ਲੱਗਿਆ ਵਾ ਇਹਨੂੰ ਜਿੰਦਾ ਮੇਰਾ ਮੂੰਹ ਦੇਖ ਕੇ ਖੁੱਲੂ ਇਹਦਾ ਫੇਸਬੁੱਕ ਲਵਾਈ ਹੁੰਦਾ ਮੇਰਾ ਮੂੰਹ ਨੂੰ ਹਾਂ ਖੁੱਲ ਗਿਆ ਆਹੋ ਖੁੱਲ ਗਿਆ ਨਹੀਂ ਖੁੱਲਿਆ ਨਹੀਂ ਖੁੱਲਿਆ ਨਹੀਂ ਖੁੱਲਿਆ ਨਹੀਂ ਪਾਗ ਗਿਆ ਪਾਗ ਸਿਵਾ ਮੈਂ ਗੱਲ ਬਾਤ ਰੇਡੂਆ ਉੱਚਾ ਕਰਦੇ ਰੇਡੂਆ ਕਰਤਾ ਉੱਚਾ ਕਰਤਾ ਕਰਤਾ ਦੇਖ ਲੈ ਸੁਣ ਲੈ ਸੁਣ ਲੈ ਹੈਲੋ ਚੱਲੀਏ ਚੱਲਦੇ ਚਲ ਆਪ ਹੀ ਬੱਗੇ ਕਿਹੜੀ ਬੋਲਦੀਆਂ ਜਾਣਦੇ ਸਰਬੀ ਬੋਲਦੀਆਂ ਤੁਸੀਂ ਕੌਣ ਮੈਂ ਭਾਗ ਸਿੰਘ ਬੋਲਦਾ ਸ਼ਾਜਲੀ ਵਾਲਾ ਹਾਂਜੀ ਆ ਕਿਹਦੇ ਨੰਬਰ ਤੋਂ ਕਾਲ ਕੀਤੀ ਹੈ ਇਹ ਮੈਂ ਲੈ ਲੈ ਟੈਲੀਫੋਨ ਅੱਛਾ ਮੇਰਾ ਨੰਬਰ ਤੁਹਾਡੇ ਕੋਲ ਹੈਗਾ ਸੀ ਮੇਰੇ ਕੋਲ ਡਾਇਰੀ 'ਚ ਲਿਖਿਆ ਹੋਇਆ ਹੈਗਾ ਮੈਂ ਤੈਨੂੰ ਐਂ ਕਹਿੰਦਾ ਮੈਂ ਕਿਹਾ ਸਿਆਣੀ ਬਣ ਜਾ ਕਾਹਦੇ ਵਾਸਤੇ ਘਰ ਤੋੜੀ ਜਾਂਦੀ ਆ ਤੂੰ ਹੈ ਲੋਕ ਜੱਗ ਸਹਾਈ ਕਰਾਉਣੀ ਆ ਤੂੰ ਫਾਇਦਾ ਭਲਾ ਗੱਲਾਂ 'ਚ ਮੈਂ ਤਾਂ ਨਹੀਂ ਕਰਾਉਂਦੀ ਮੈਂ ਤਾਂ ਤੁਹਾਡੇ ਨਾਲ ਹਾਂ ਤੁਸੀਂ ਭੱਜਦੇ ਕਿੱਥੇ ਆ ਤੂੰ ਹੈ ਤੁਸੀਂ ਵੀ ਭੱਜਦੇ ਹੋ ਮੈਂ ਕਿੱਥੇ ਭੱਜਦਾ ਮੈਂ ਤੈਨੂੰ ਐਂ ਕਹਿਣਾ ਤੂੰ ਚੁੱਪ ਚਾਪ ਘਰੇ ਆ ਜਾ ਸਾਰਾ ਕੁਛ ਠੀਕ ਹੋ ਜੂਗਾ ਆਪਣਾ ਹੈ ਤੁਸੀਂ ਮੇਰੀ ਸ਼ਰਤ ਮੰਨ ਲਓ ਕਿਹੜੀ ਸ਼ਰਤ ਆ ਤੇਰੀ ਮੈਂ ਤੁਹਾਨੂੰ ਕਿਹਾ ਸੀਗਾ ਪ੍ਰੀਤ ਮੈਨੂੰ ਨਹੀਂ ਦਿਖਣੀ ਚਾਹੀਦੀ ਤੇ ਮੈਂ ਪ੍ਰੀਤ ਨੂੰ ਨਹੀਂ ਦਿਖਣੀ ਚਾਹੀਦੀ ਤੂੰ ਹੁਣ ਮੈਨੂੰ ਐਂ ਦੱਸ ਪਹਿਲਾਂ ਤੂੰ ਬੌਲੀ ਹੋ ਗਈ ਤੂੰ ਹੈ ਜਵਾਕਾਂ ਵਾਂਗੂ ਬੁੱਧੀ ਚੱਕ ਤੱਕ ਮੇਰਾ ਜੱਸਾ ਪਾਲਿਆ ਹੋਇਆ ਹੈ ਕਿਵੇਂ ਅੱਡ ਕਰਦਾ ਭਲਾ ਉਹਨੂੰ ਕਬੀਲਦਾਰੀ ਬਾਰੇ ਕੀ ਪਤਾ ਹੈ ਅੱਛਾ ਜਦੋਂ ਬੰਦਾ ਵਿਆਹਿਆ ਜਾਂਦਾ ਨਾ ਸਭ ਕਬੀਲਦਾਰੀਆਂ ਪਤਾ ਹੁੰਦੀਆਂ ਨੇ ਓਏ ਕਾਹਨੂੰ ਪਤਾ ਕਬੀਲਦਾਰੀ ਨਿਆਣਾ ਹੈ ਜੀ ਉਹ ਹੈ ਹਾਂ ਨਿਆਣਾ ਕੋਈ ਨਹੀਂ ਗਾ ਜਦੋਂ ਧੱਕੇ ਮਾਰੇ ਸੀ ਉਦੋਂ ਨਿਆਣਾ ਨਹੀਂ ਸੀਗਾ ਮੁਲਾਕਾਤ ਕਰ ਲਈਏ ਆਜੋ ਫਿਰ ਆਜੋ ਫਿਰ ਘਰੇ ਬੈਠ ਕੇ ਤੇਰੀ ਮਾਂ ਮੁਲਾਕਾਤ ਕਰਨ ਦਿੰਦੀ ਆਪਾਂ ਨੂੰ ਹੈ ਮੰਮੀ ਜੀ ਹੈ ਚੱਲ ਮੰਮੀ ਜੀ ਭਲਾ ਮੁਲਾਕਾਤ ਕਰ ਦਿੰਦੇ ਨੇ ਆਪਾਂ ਨੂੰ ਭਲਾ ਆਪਾਂ ਵਿਚਾਲੀ ਵਾ ਕੇ ਉਹਦੀ ਮੈਨੂੰ ਕਹਿੰਦੀ ਉਹ ਬੜਾ ਭਲਾ ਬੋਲਣ ਲੱਗ ਗਈ ਭਈ ਮੈਂ ਬੇਸ਼ਰਮੀ ਦਾ ਮਾਰਾ ਉੱਠ ਕੇ ਵਗ ਗਿਆ ਹੋਰ ਕੀ ਕਰਾਂ ਹੁਣ ਸਿਆਣੇ ਬੰਦੇ ਹਲਕ ਕਰੀ ਜਾਂਦੇ ਨੇ ਤੇ ਵੱਡੇ ਨੇ ਫਿਰ ਉਹਨਾਂ ਦੇ ਫਰਜ਼ ਨੇ ਵੱਡੇ ਨੇ ਜਮਾਈ ਭਾਈ ਦੀ ਐ ਬੇਇੱਜ਼ਤੀ ਕਰ ਦਿੰਦੇ ਨੇ ਪਤਾ ਕਿਤੇ ਭਲਾ ਹੈ ਤੁਸੀਂ 6 ਮਹੀਨੇ ਹੋ ਗਏ ਮੇਰੀ ਸਾਰ ਲਈ ਹੈ ਚੱਲ ਮੈਂ ਤੇਰੀ ਹੁਣ ਤਾਂ ਸਾਰ ਲੈਣਾ ਤੂੰ ਮੈਨੂੰ ਐ ਦੱਸ ਵੀ ਆਪਾਂ ਮੁਲਾਕਾਤ ਕਰੀਏ ਅੱਜ ਹੈ ਕਿਹਾ ਤਾਂ ਹੈ ਤੁਹਾਨੂੰ ਘਰੇ ਆਜੋ ਘਰੇ ਘਰੇ ਨਹੀਂ ਕਿਤੇ ਬਾਹਰੇ ਮੁਲਾਕਾਤ ਕਰਦੇ ਹਾਂ ਆਪਾਂ ਮੁਲਾਕਾਤ ਨੂੰ ਮੈਂ ਦੱਸੋ ਜੇਲ੍ਹ 'ਚ ਇੱਥੇ ਜੇਲ੍ਹ ਤੂੰ ਤਾਂ ਉਹੀ ਗੱਲਾਂ ਕਰੀ ਜਾਂਦੀ ਰੁੱਖੀਆਂ ਗੱਲਾਂ ਕਿਉਂ ਕਰਦੀਆਂ ਹੈ ਤੈਨੂੰ ਇਹ ਗੱਲ ਕਰੇ ਵੀ ਆਪਾਂ ਤੂੰ ਕਿਤੇ ਬਾਹਰ ਕਿਤੇ ਤੂੰ ਹੋਵੇਂ ਇਕੱਲੀ ਮੈਂ ਹੋਵਾਂ ਦੋਨੇ ਹੋਈਏ ਆਪਾਂ ਇੱਕ ਦੂਜੇ ਦਾ ਗੱਲਾਂ ਕਰਕੇ ਚਿੱਤ ਖੁਸ਼ ਕਰੀਏ ਹੈ ਅੱਛਾ ਕਿੱਥੇ ਮਿਲਣਾ ਮਿਲਣਾ ਕਿੱਥੇ ਖੇਤ ਆ ਜਾ ਮੋਟਰ ਤੇ ਅਕਲ ਨੂੰ ਹੱਥ ਮਾਰ ਲਓ ਦਿਮਾਗ ਠੀਕ ਹੈ ਤੁਹਾਡਾ ਕਿਉਂ ਬੰਦਾ ਰੁੱਸੇ ਹੋਏ ਆਪਦੇ ਪਾਰਟਨਰ ਨੂੰ ਨਾ ਮਨਾਉਣ ਲਈ ਕੈਫੇ ਤੇ ਲੈ ਕੇ ਜਾਂਦਾ ਹੈ ਠੀਕ ਹੈ ਜਾਂ ਫਿਰ ਉਹਨੂੰ ਮਾਲ 'ਚ ਲੈ ਕੇ ਜਾਂਦਾ ਹੈ ਤੁਸੀਂ ਮੈਨੂੰ ਖੇਤ ਬੁਲਾ ਰਹੇ ਹੋ ਕੀ ਕਰਨਾ ਇਹ ਮੁੱਲਾ ਮੁੱਲਾ 'ਚ ਤਾਂ ਬਾਣੀਆਂ ਦੇ ਕੰਮ ਹੁੰਦੇ ਨੇ ਮੇਰੇ ਸਾਲ ਦੇ ਹੈ
ਪਾਡਿਆਂ ਦੇ ਕੰਮ ਹੁੰਦੇ ਨੇ ਪੜ੍ਹੇ ਲਿਖੇ ਦੇ ਪੜ੍ਹੇ ਲਿਖੇ ਅੱਜ ਕੱਲ ਨਾ ਮੌਲਾਂ ਚ ਜਾਂਦੇ ਨੇ ਠੀਕ ਹੈ ਮੇਰੀ ਗੱਲ ਸੁਣ ਮੈਨੂੰ ਨੀ ਖੜਾ ਮੱਲਾ ਮੁੱਲਾ ਦੇ ਬਾਰੇ ਪਤਾ ਵੀ ਕਿੱਥੇ ਜਾਂਦੇ ਨੇ ਕਿੱਥੇ ਨਾ ਐ ਸਿੱਧਰਾ ਪੁੱਤਰਾ ਕਹਿਣਾ ਵੀ ਆਪਣੇ ਆਪਣੀ ਜ਼ਮੀਨ ਤੋਂ ਮਹਿੰਗੀ ਚੀਜ਼ ਭਲਾ ਕੁਛ ਹੈਗੀ ਆ ਹੋਰ ਹੈ ਲੱਖਾਂ ਦੀ ਜ਼ਮੀਨ ਹੈ ਆਪਣੀ ਤੂੰ ਉਰੇ ਖੇਤ ਆ ਜਾ ਮੋਟਰ ਤੇ ਕੋਈ ਨੀ ਹੈਗਾ ਆਪਾਂ ਇੱਥੇ ਦੋਨੇ ਬਹਿ ਕੇ ਗੱਲਾਂ ਬਾਤਾਂ ਕਰਾਂਗੇ ਹੈ ਨਾ ਤੂੰ ਨਾ ਮੈਂ ਨਾ ਬਸਤੀ ਚੀ ਨਾ ਪਾ ਕੋਈ ਨੀ ਹੋਣਾ ਇੱਥੇ ਜੱਸਾ ਕੋਈ ਨੀ ਹੋਣਾ ਤੂੰ ਇੱਥੇ ਆ ਜਾ ਮੇਰੀ ਗੱਲ ਸੁਣ ਜੇ ਕਿਤੇ ਸਕੂਟਰ ਮੋਟਰਸਾਈਕਲ ਮੈਨੂੰ ਆਉਂਦਾ ਹੁੰਦਾ ਨਾ ਮੈਂ ਤਾਂ ਹੁਣ ਫੱਟ ਦੇਣੇ ਵੱਜਦਾ ਕਿੱਥੇ ਤੂੰ ਬੁਲਾਉਂਦੀ ਹੈ ਚਲੋ ਦੇਖਦੀ ਆ ਮੈਂ ਪੱਕਾ ਨਹੀਂ ਕਹਿੰਦੀ ਨਹੀਂ ਜਾਂ ਤਾਂ ਮੈਨੂੰ ਫਿਰ ਪੱਕਾ ਵਾਦਾ ਕਰ ਹੈ ਪੱਕਾ ਨਹੀਂ ਕਹਿੰਦੀ ਪੱਕੀ ਰਹੀ ਫਿਰ ਜਾਂ ਤਾਂ ਆਈ ਹੈ ਫਿਰ ਤੁਸੀਂ ਵੀ ਤਾਂ ਪੱਕੀਆਂ ਗੱਲਾਂ ਕਰਿਓ ਨਾ ਮੈਂ ਪੱਕੀਆਂ ਗੱਲਾਂ ਕਰੂੰ ਤੂੰ ਆ ਤਾਂ ਜਾ ਖੇਤ ਮੈਂ ਖੇਤੇ ਚੱਲਦਾ ਹੈ ਤੇ ਕੈਫੇ ਤੇ ਆ ਜਾ ਸੁਨਾਮ ਤੂੰ ਹੀ ਮਾਰ ਕਫੇ ਕੁਫੇ ਦੀ ਭੈਣ ਦੀ ਕੀ ਆ ਇੱਥੇ ਭੈਣ ਦੀ ਬੜੇ ਮਾਂ ਲੱਭੇ ਜਾਊਗੀ ਝੱਗ ਜਿਹੀ ਵਾਲੀ ਚਾਹ ਪਿਆਉਂਦੇ ਨੇ ਕਾਫੀ ਹੁੰਦੀ ਹੈ ਬਾਹਰ ਗਿਆ ਸੀ ਮੈਂ ਕਾਫੀ ਹੁੰਦੀ ਹੈ ਮੇਰੀ ਗੱਲ ਸਮਾ ਇੱਥੇ ਚਾਹ ਬਣਾਉਂਗਾ ਆਪੇ ਮੋਟਰ ਤੇ ਅਰੇ ਆਪਾਂ ਗੱਲਾਂ ਕਰਾਂਗੇ ਹੋ ਚਲੋ ਮੈਂ ਸਕੂਟੀ ਲੈ ਕੇ ਆਉਂਦੀ ਹਾਂ ਫਿਰ ਆਪਣੇ ਕੋਲ ਹੀ ਹੈਗਾ ਵਧੀਆ ਕੰਜਰ ਦਾ ਮਰਦਾ ਗੱਭਰੂ ਹੈ ਨੂਰੀ ਮੁੰਡਾ ਹੈ ਤਾਂ ਕੱਲਾ ਗੁਰਚ ਦੇ ਵਰਗਾ ਹੁੰਦਾ ਸੀ ਨਾ ਮੈਂ ਹੈ ਕਿੱਕਰ ਭੈਣ ਦਾ ਮੋਢੇ ਦੇ ਟੰਗ ਲਾਉਂਦਾ ਸੀ ਮਾਰਦਾ ਗੱਲਾਂ ਕੜਾ ਦਾ ਚੇਪਾ ਖਾ ਜਾਂਦਾ ਸੀ ਗੱਲ ਸੁਣ ਕੰਜਰ ਦਾ ਗੱਲ ਤਾਂ ਪੂਰੀ ਸੁਣ ਲੈ ਕਰ ਸਾਲਾ ਬਾਉਲਾ ਹੈ ਮੈਂ ਤਾਂ ਲਿੰਜ ਜਾ ਪਵਾਇਆ ਮਹਾਦਲ ਚਰਨੂ ਨੂੰ ਵਧਾਈ ਦੇ ਆਈਏ ਵੀ ਬਣ ਗਈ ਨਿਗਾਹ ਬਣ ਗਈ ਆਪਣੀ ਹੈ ਮੈਂ ਤਾਂ ਲਾਲਾ ਸਾਹਿਬ ਕੰਮੀ ਵਾਲਾ 4 ਵਜੇ ਦਾ ਟਾਈਮ ਸੀ ਜਦ ਮੈਂ ਗੋਲੋ ਕੀ ਗਲੀ ਚ ਗਿਆ 4 ਵਜੇ ਕਹਿੰਦੇ ਤੇ ਮੈਂ 4 ਵਜੇ ਸੁਣਿਆ ਕਹਿੰਦੇ ਹਾਂ 4 ਵਜੇ ਜਦ ਮੈਂ ਟੱਪਣ ਲੱਗਿਆ ਗੋਲੋ ਕਾ ਘਰ ਕਿਧਰ ਤੀ ਇਹ ਬਾਲਟੀ ਖੜਕ ਗਈ ਮੈਂ ਡਰ ਗਿਆ ਫੇਰ ਬਈ ਮੈਂ ਡਰ ਗਿਆ ਮੈਂ ਕਿਤੇ ਭਾਇਆ ਦਾ ਮਹਿੰਦਰ ਨੇ ਅਟੈਕ ਕਰਤਾ ਮੇਰੇ ਤੇ ਭੂਸਰਿਆ ਫਿਰਦਾ ਕੀ ਪਤਾ ਲੱਗਦਾ ਹੋਰ ਮੈਨੂੰ ਵੀ ਕਹਿੰਦਾ ਦੇਖ ਹਾਂ ਆਥਣ ਵੇਲਾ ਅਗਲੇ ਦੀ ਗਲੀ ਚ ਵਗ ਗਿਆ ਮੈਂ ਮਹਾ ਚੱਲ ਮੜੀ ਜੀ ਨਿਗਾਹ ਮਾਰ ਲਈਏ ਫੇਰ ਮੈਂ ਨਿਗਾਹ ਮਾਰੀ ਕੰਧ ਵਿੱਚ ਦੀ ਸਾਵੀਂ ਦਿਖੀ ਗੋਲੋ ਮੈਨੂੰ ਹੈ ਕੰਧ ਵਿੱਚ ਦੀ ਹਾਂ ਪਿਆਜੀ ਪਿਆਜੀ ਪਾਇਆ ਹੋਇਆ ਸੂਟ ਨਾ ਲਿਸਕੀ ਫਰੇ ਲਿੰਚ ਪਾਤਾ ਸਾਡਾ ਬੰਟੀ ਨੇ ਤੇਰੇ ਮੈਂ ਆਖਿਆ ਮਣਾ ਮਹਾ ਇਹਦਾ ਕਮਾਲ ਕਰਤੀ ਬੰਟੀ ਨੇ ਕੈਸਾ ਲਿੰਚ ਪਾਤਾ ਭੈਣ ਦਾ ਕੰਧ ਦੇ ਆਰ ਸਾਰ ਦਿਖਦਾ ਫੇਰ ਮਾੜਾ ਜਿਹਾ ਹੋਰ ਦੇਖ ਲਈਏ ਵਾ ਕੁਦਰਤੀ ਕਿਤੇ ਬਾਲਟੀ ਜੱਕੀ ਆਵੇ ਨਹਾਉਂਦੀ ਸੀ ਓਟੇ ਸੋਹਣੇ ਰੱਖੀ ਬਾਲਟੀ ਹੈ ਮੈਂ ਮੂੰਹ ਲਾ ਰੱਖਿਆ ਉਹਦੀ ਪਾਏਗੀ ਨਿਗਾਹ ਨਹਾਉਂਦੀ ਤੀ ਉਹਦੀ ਪਾਏਗੀ ਨਿਗਾਹ ਮੇਰੇ ਕਣੀ ਦੇਖ ਕੇ ਉਹਦਾ ਕੱਪੜਾ ਜਿਹਾ ਡੇਗਦਾ ਤਾਂ ਮੇਰੇ ਸਾਲੇ ਦਾ ਮੈਨੂੰ ਬਾਅਦ 'ਚ ਪਤਾ ਲੱਗਾ ਭੈਣ ਦੇ ਯਾਰ ਦੀ ਇੱਟ ਨਿਕਲੀ ਹੋਈ ਤੀ ਓਟੇ 'ਚੋਂ ਗੋਲੋ ਦੀ ਸਿਆਣੀ ਉਹਨੇ ਨਹੀਂ ਪਾਇਆ ਰੌਲਾ ਭੈਣ ਦਾ ਪਿੱਛੋਂ ਗਿੰਦਰ ਆਉਂਦਾ ਗਿੰਦਰੀ ਆਉਂਦਾ ਗਿੰਦਰੀ ਨੇ ਪਾ ਤਾ ਰੌਲਾ ਮੈਂ ਤਾਂ ਬਹੁਤ ਬੀਟ ਆਪਾਂ ਖੜੇ ਨੀ ਆਪਾਂ ਲੰਘੇ ਰੌਲਾ ਪੈਂਦਾ ਪੈਂਦਾ ਪਏ ਗਿਆ ਮੈਂ ਲੰਘਿਆ ਭਾਈ ਗੋਲੋ ਨੇ ਇੱਜ਼ਤ ਬਚਾ ਲਈ ਗੋਲੋ ਮੁੱਕਰ ਗਈ ਮੇਰੀਆਂ ਜਿਹੜੇ ਬੰਟੀ ਦੇ ਜਵਾਕ ਜੇ ਲੱਗਣ ਉਹਨਾਂ ਟੀਚਰ ਕਰਤੀ ਕਹਿੰਦੇ ਬਾਬੇ ਤੇਰੇ ਜਪਾਨੀ ਲਿੰਜ ਪਾ ਸੀ ਜਪਾਨੀ ਦਿੱਤਾ ਪਾ ਦੋ ਮਾਂ ਕੀ ਹੁੰਦਾ ਜਪਾਨੀ ਚ ਕਹਿੰਦਾ ਕੰਧਾਂ ਦੇ ਆਰ ਸਾਰ ਦੇਖਣ ਲਾ ਦਾਂਗੇ ਮਾਂ ਕਿਤੇ ਤੇਰੇ ਥਾਲ ਦੇਣਗੇ ਚੌੜ ਕਰਦੇ ਹੁੰਦੇ ਨੇ ਠੀਕ ਆ ਸਿਰ ਪਲੋਸਾ
ਮਰਾਸਾਲਾ ਉੱਥੇ ਬਣ ਗਿਆ ਉਥੇ ਥੱਪੜ ਖਾ ਗਿਆ ਕਹਿੰਦਾ ਵਿਆਹ ਨਵੇਂ ਕੱਪੜੇ ਨੇ ਕਿਹੜਾ ਪਛਾੜ ਦਾ ਕੋਈ ਪਕੌੜੇ ਖਾਊ ਕਹਿੰਦਾ ਹਾਂ ਕਿਸੇ ਦੇ ਭੋਗ ਚ ਵੜ ਗਿਆ ਕਿਸੇ ਦੇ ਵਿਆਹ ਚ ਵੜ ਗਿਆ ਕੰਜਰੇ ਦਾ ਪਤੀ ਨੀ ਲੱਗਦਾ ਆਪ ਵਾਲਾ ਇੱਕ ਲੋਕ ਭੈਣ ਦੇ ਯਾਰ ਚੱਕਾ ਦਿੰਦੇ ਨੇ ਨਾਟੀ ਕਰਾਂ ਕਹੀ ਜਾਂਦੇ ਨੇ ਪਤਾ ਨੀ ਕਹੇ ਜਾਣਾ ਭਾਵੇਂ ਦੇ ਖਸਮ ਲੋਕ ਇਹ ਕੋਈ ਨੀ ਕਹਿੰਦਾ ਬਾਈ ਮੇਰੇ ਲਵੇ ਆਉਂਦੀਆਂ ਨੇ ਓਏ ਬੋਲਦਾ ਨੀ ਸਾਰਾ ਮੈਨੂੰ ਤੈਨੂੰ ਆਇਆ ਕਿ ਮੈਨੂੰ ਪਤੀ ਨੀ ਲੱਗਦਾ ਕਾਣੂ ਬਈ ਦੱਸੇ ਯਾਰ ਉਹ ਤਾਂ ਆਪ ਇਹੋ ਜਿਹਾ ਕੰਮ ਕਰਦਾ ਹੈ ਉਹਦੇ ਬੌਲੇ ਦਾ ਕੰਮ ਲੈ ਲੈਂਦੇ ਨੇ ਨਾਲੇ ਉਹਦਾ ਜੋੜ ਕਰਾ ਦਿੰਦੇ ਹਰਾਮੀ ਨੇ ਹਰਾਮੀ ਨੇ ਲੋਕ ਸੋਡੇ ਨਾਲ ਲੋਕ ਹਰਾਮੀ ਨੇ ਆ ਲੈ ਬਸ ਭੈਣ ਦੇ ਹੈਗੇ ਨੇ ਬੌਲੇ ਨੂੰ ਦਵਾਈਆਂ ਦਾ ਬੰਦਾ ਮੈਂ ਰਹਿ ਜਾਣਾ ਬੋਤਲਾਂ ਦਾ ਬੰਦਾ ਤੇ ਮੈਂ ਰਹਿ ਜਾਣਾ ਬੌਲੇ ਦੇ ਹਰਾਮੀ ਨੇ ਹਰਾਮੀ ਹਰਾਮੀ ਨੇ ਮਰੇ ਸਾਲਿਆ ਉਹ ਜਵਾਕ ਨੂੰ ਚੱਕਾ ਦੇ ਕੇ ਕੰਮ ਕਰਾਉਂਦੇ ਨੇ ਹਰਾਮੀ ਨੇ ਪਤਾ ਮੈਨੂੰ ਹਾਂ ਕੋਈ ਨਾ ਉਰੇ ਦੱਸ ਸੋਡੇ ਨਾਲ ਕਿੰਨਾ ਕੁ ਕੰਮ ਕਰਦਾ ਹੋ ਆ ਲਾਈਟ ਆ ਗਈ ਆ ਗਈ ਛੱਡ ਲੈ ਸੋਡੇ ਵਾਲੀ ਦਾ ਆਉ ਨਾ ਆ ਗਿਆ ਛੱਡ ਲੈ ਉਤਲੇ ਉਤੋਂ ਦੀ ਛੱਡ ਲਈ ਫਿਰ ਇਹ ਤੁਹਾਡੇ ਵਾਲਾ ਨਹੀਂ ਹੈਗਾ ਓਏ ਹੋਰ ਮੁੜਿਆ ਆ ਬਾਹਰੋਂ ਅੱਛਾ ਉੱਥੇ ਕੁਝ ਕਰੇ ਨਾ ਧਰੇ ਇਹ ਥੋੜੀ ਟਾਈਮ ਜਾ ਲਾਇਆ ਪਰ ਬਾਈ ਕੋਈ ਬਣਦਾ ਹੀ ਨਹੀਂ ਹੈਗਾ ਜੱਸੇ ਯਾਰ ਜਦੋਂ ਸਹੀ ਗੱਲ ਆ ਬਾਈ ਕੁੜੀ ਪਿੱਛੇ ਦੀ ਮੇਰੇ ਸਾਲ ਦਾ ਤੇ ਕੁੜੀ ਪਿੱਛੇ ਗਿਆ ਦੀ ਇਹ ਹੋਰ ਪੁੱਠੇ ਕੰਮਾਂ ਤੇ ਸੀ ਗਏ ਮਸਾਂ ਦਾ ਮੁੰਡਾ ਕੀ ਦੀ ਕਮਾਉਂਦਾ ਸੀ 42,000 ਰੁਪਿਆ ਕਮਾਉਂਦਾ ਸੀ ਉੱਥੇ ਹਾਂ ਨਾਲੇ ਮਾਂ ਤੂੰ ਘਰੋਂ ਦੂਰ ਬੈਠਾ ਕਹਿੰਦੇ ਆ ਆਂਦਾ ਹੁਣ ਸਾਡੇ ਵਾਲਾ ਬੌਲੇ ਦਾ ਨਹੀਂ ਮੈਨੂੰ ਪਤਾ ਲੱਗਦਾ ਕਿੱਧਰ ਲੱਗ ਗਿਆ ਬਾਈ ਮੈਂ ਸਵੇਰੇ ਦੇਖਿਆ ਸੀਗਾ ਯਾਰ ਜੱਸੇ ਉਹਨਾਂ ਦੇ ਬਲਵਿੰਦਰ ਕੇ ਕੜਾਹੀ ਚੜੀ ਹੋਈ ਐ ਮੈਂ ਤੜਕੇ ਉੱਥੇ ਦੇਖਿਆ ਉੱਥੇ ਹੀ ਹੋਊ ਪੱਕਾ ਲੈ ਭਾਂ ਦਾ ਬਲਵਿੰਦਰ ਕੇ ਵਾਲਾ ਗਿਆ ਉਹ ਹਾਂ ਸਾਲੀ ਬਲਵਿੰਦਰ ਕੇ ਨਾਲ ਸਾਡੀ ਕੋਈ ਗੱਲ ਨਹੀਂ ਬਾਤ ਨਹੀਂ ਬਣਦੀ ਨਹੀਂ ਸਾਡੀ ਨਹੀਂ ਉਹਦੇ ਨਾਲ ਬੈਠਦਾ ਉੱਠਦਾ ਜਾ ਹੋਰ ਤਾਂ ਕੀ ਐ ਦੋ ਰਿਸ਼ਤੇਦਾਰੀ ਨੂੰ ਤਾਂ ਆਪਣੀ ਤਾਂ ਮੈਂ ਬਲਵਿੰਦਰ ਕੇ ਦੇ ਆਉਣਾ ਕਿਹੜਾ ਮੇਰਾ ਜਾ ਕੇ ਉਹਨਾਂ ਦੇ ਕਰੀ ਐ ਭਾਂ ਦਾ ਯਾਰ ਬੌਲੇ ਨੂੰ ਇੱਕ ਤਾਂ ਉਹਦਾ ਬੰਜ ਘਟ ਸਤਾ ਇੰਨੇ ਚ ਆਊਗਾ ਅੱਛਾ ਕਾਫੀ ਪੈਸਾ ਪਿਆ ਨਾ ਕੋਲ ਆਈ ਓਏ ਲੱਗੇ ਹੋਏ ਫੜਤੀ ਕਾਗਜ਼ ਕਿੱਦਾਂ ਲੱਗੇ ਹੋਏ ਆ ਲੈ ਦੋ ਤਿੰਨ ਐਵੇਂ ਹਾਈ ਕੋਰਟ ਜਾ ਵੜੇ ਤੂੰ ਕਦੋਂ ਆ ਗਿਆ ਓਏ ਵਾਲਾ ਹੈ ਜਦਾ ਤੂੰ ਚੱਕੀ ਫਿਰਦਾ ਮਰਾਟੀ ਚ ਓਏ ਹੈ ਓਏ ਹੋਰ ਮਹਾ ਭਾਇ ਦੀ ਮਲਾਗਾ ਮਾ ਪਾਲੀ ਜੰਨਾ ਮਹਾ ਕਿਹੜਾ ਲੈਗਾ ਜਾ ਕੇ ਮੇਰਾ ਕੰਜਰ ਦਾ ਮਸਾ ਚਲਵਾਇਆ ਇਹ ਮਿਸਤਰੀ ਤੋਂ ਇਹ ਚੱਲੇ ਨਾ ਕੰਜ ਦਾ ਮਹਾ ਕਦੇ ਖਰਾਬ ਗੁਰੂ ਕਰਤਾ ਦਿੰਨੇ ਫੀਸ ਵਾਲਾ ਲਾ ਰਖਿਆ ਤੀ ਹੈ ਐ ਨਹੀਂ ਖੁੱਲਦਾ ਮੈਂ ਆਪਦਾ ਮੂੰਹ ਲਵਾ ਲੈਂਦਾ ਕੰਮੀ ਵਾਲੇ ਨੇ ਸਿਖਾਇਆ ਮੈਂ ਆਪਦਾ ਮੂੰਹ ਲਵਾ ਲਿਆ ਹੁਣੇ ਤੇ ਪੁੱਲਾ ਭਾਈ ਤੂੰ ਮੈਨੂੰ ਆਇਆ ਦੱਸ ਹੈ ਤੇਰਾ ਮੇਰੇ ਨਾਲ ਬਹਿਰਾ ਕੋਈ ਹੈ ਕੀ ਹੋ ਗਿਆ ਤੈਨੂੰ ਭਾਈ ਦੀ ਮਲਾਗਾ ਇੰਨੇ ਦਿਨ ਪਿਆ ਰਿਹਾ ਉੱਥੇ ਓਏ ਇੰਨੇ ਦਿਨ ਪਹਿਰਾ ਪਤਾ ਲਿੱਤਾ ਕਿ ਮੇਰਾ ਤਾਂ ਘਰੇ ਬਹੁਤ ਕਲੇਸ਼ ਹੋਇਆ ਜੱਸੇ ਹੋਣ ਵਾਲਾ ਮੈਂ ਤਾਂ 5-7 ਦਿਨ ਗੁਰਦੁਆਰੇ ਰੋਟੀ ਖਾਧੀ ਉਦਾਂ ਕਿੱਦੇ ਨੀ ਤੇਰਾ ਕਲੇਸ਼ ਹੈ ਕਿੱਦੇ ਨੀ ਹੁੰਦਾ ਤੇਰਾ ਕਲੇਸ਼ ਦੱਸ ਮੈਨੂੰ ਚੱਲ ਹੁਣ ਤੂੰ ਲੜਨਾ ਨਾ ਲੜਨ ਵਾਲੇ ਕੰਮ ਨੇ ਤੇਰੇ ਕੰਮ ਨੇ ਭਾਈ ਹੈ ਅਸੀਂ ਗਾੜੂ ਲੜਦੇ ਆ ਉਰੇ ਕਿਵੇਂ ਫਿਰਦਾ ਤੂੰ ਰੱਖੇ ਤੂੰ ਮੇਰਾ ਖੇਤ ਮਜ਼ਾ ਆਊਗਾ ਬਈ ਹੈ ਪਾਣੀ ਛੱਡਣ ਆਇਆ ਸੀ ਤਾਂ ਛੱਡਤੀ ਪਹਿਲੀ ਮੋਟਰ ਤਾਂ ਮੈਂ ਛੱਡ ਚਲਾਤੀ ਸੀ ਪਰ ਮੈਨੂੰ ਕਿਹੜਾ ਭਾਇਆ ਦਾ ਯਾਰ ਸੁਪਨੇ ਆਉਂਦੇ ਤੇ ਉੱਥੇ ਬੈਠੇ ਨੇ ਵੀ ਭਾਗੂ ਖੇਤ 'ਚ ਬੈਠਾ ਉਹਨੇ ਲਾਤੀ ਚੱਲ ਮੇਰੇ ਵਾਲਾ ਤੂੰ ਤਾਂ ਲੜਨ ਦੇ ਲਾ ਬਈ ਇੱਕ ਕੰਮ ਇਹ ਜੇ ਨੇ ਭਾਗੂ ਆ ਮੈਂ ਤਾਂ ਕਿਹਾ ਹੋਇਆ ਬੋਲਦਾ ਹੱਦ ਹੋ ਗਈ ਯਾਰ ਤੇਰੀ ਕੋ ਇੱਕ ਯਾਰ ਭਾਇਆ ਦੀ ਮਾਂ ਗਿਆ ਉਹ ਨਹੀਂ ਆ ਕੇ ਖੜਿਆ ਓਏ ਨਾਲ ਦੇ ਬਿੱਡ ਤੇ ਜਿਹੜਾ ਪਏ ਬੰਦੇ ਕੋਈ ਕੇਲੇ ਲਿਆਏ ਕੋਈ ਭੈਣਾ ਹੋ ਲਿਆ ਉਹਨਾਂ ਵਾਸਤੇ ਉਹ ਭੈਣਾ ਹੁੰਦਾ ਏਡਾ ਸਾਰਾ ਪਤਾ ਨੀ ਕੀ ਕਹਿੰਦਾ ਹੁੰਦਾ ਇਹਨਾਂ ਨੂੰ ਨਰੀਅਲ ਦੇਵੇ ਕੋਈ ਕੁਛ ਦੇਵੇ ਮੈਂ ਇਕੱਲਾ ਭੈਣ ਦਾ ਕੰਧਾ ਕਣੀ ਝਾਕਾ ਬਈ ਹੈ ਕੋਈ ਨਾ ਉਹਦਾ ਚਾਹ ਵੀ ਸਾਲ ਤੋਂ ਮੰਗਾਇਆ ਕਰ ਐਡੀ ਕਿ ਠੂਠੀ ਜੀ ਚ ਲਿਆ ਦਿਆ ਕਰੇ ਮਰਾ ਸਾ ਹੈ ਅੱਧੀ ਘੁੱਟੋ ਚਾਹ ਦੀ ਹੋਇਆ ਕਰੇ ਰੁਪਈਏ ਲੈ ਲਿਆ ਕਰੇ ਵੀ ਹਾਂ ਮੇਰਾ ਯਾਰ ਆਊਗਾ ਵਾ ਦੁੱਧ ਚ ਪੱਤੀ ਪਾ ਕੇ ਲਿਆਊਗਾ ਮੇਰੇ ਪਾਸ ਨਾ ਬਈ ਨਾ ਕਾਹਨੂੰ ਮੇਰੀ ਗੱਲ ਸੁਣ ਹਾਂ ਤੂੰ ਦੂਜੀ ਮੋਟਰ ਤੇ ਵਾ ਜਾ ਅੱਜ ਉਹ ਕੋਈ ਜ਼ਮੀਨ ਦਾ ਸੌਦਾ ਜਿਹਾ ਕਰਨਾ ਕਿਸੇ ਦਾ ਕਰਾਉਣਾ ਵਿੱਚ ਵਿਚਾਲੇ ਕਹਿੰਦਾ ਬੰਦਾ ਨੀ ਪਾਉਣਾ ਸੀ ਵਿੱਚ
ਮੋਟਰ ਤੇ ਉੱਥੇ ਕੋਈ ਨੀ ਜਾਣ ਪਛਾਣ ਹੈਗੀ ਸਾਡੇ ਲਈ ਮੋਟਰ ਤੇ ਜੱਸਾ ਬੈਠਿਆ ਸੀ ਦੱਸ ਪਾਇਆ ਜ਼ਮੀਨ ਦਾ ਸੌਦਾ ਕਰਨਾ ਤੇਰੀ ਮੋਟਰ ਤੇ ਕਰ ਜੀ ਸਦਕੇ ਕਰ ਮੇਰੀ ਮੋਟਰ ਤੇ ਮਦਾ ਬੈਠੂ ਮੈਂ ਨੀ ਜਾਂਦਾ ਮੈਂ ਅੱਧਾ ਕੁ ਘੰਟਾ ਟਲ ਜਾ ਸੌਦਾ ਜਾ ਹੋ ਜਾਣਾ ਤੇ ਸੌਦਾ ਜਾ ਹੋ ਕੇ ਫਿਰ ਬੁਲਾ ਲੂੰਗਾ ਮੈਂ ਤੈਨੂੰ ਅੱਧੇ ਘੰਟੇ ਦਾ ਮੇਰੇ ਸਾਲ ਦੇ ਹਾਲ ਚਾਲੇ ਪੁੱਛੇ ਜਾਂਦੇ ਨੇ ਭਾਗੂਆ ਸੌਦੇ ਕਿਹੜੇ ਹੁੰਦੇ ਨੇ ਕਹੇ ਜਿਹਾ ਗੱਲਾਂ ਕਰਦਾ ਮੇਰਾ ਯਾਰ ਤੂੰ ਮੰਨਦਾ ਨੀ ਫਿਰ ਨਾ ਮੈਂ ਨੀ ਜਾਂਦਾ ਹੈ ਨਾ ਦੇਖ ਵੀਰਿਆ ਮੇਰੀ ਗੱਲ ਸੁਣ ਮੈਂ ਬਹੁਤ ਦੁਖੀ ਹਾਂ ਮੈਨੂੰ ਤੂੰ ਦੁਖੀ ਨਾ ਕਰ ਹੈ ਇਧਰੋਂ ਕਹਾ ਜੱਸਾ ਲੜੀ ਜਾਂਦਾ ਮੇਰੇ ਉਧਰੋਂ ਕਹਾ ਮੇਰੇ ਸਾਹਮਣੇ ਤੰਗ ਕਰੀ ਜਾਂਦੇ ਨੇ ਮੈਨੂੰ ਤਾਂ ਮਰਾ ਸਾਲਾ ਚਰਨੋਂ ਲੜੀ ਜਾਂਦੀ ਆ ਉਧਰ ਮਹਿੰਦਰ ਤੰਗ ਕਰੀ ਜਾਂਦਾ ਮੈਨੂੰ ਡਰਾ ਰਗੇ ਹੁਣੇ ਤੇਰਾ ਕੰਦਰ ਦਾ 2 ਨੰਬਰ ਦਾ ਰਿਸ਼ਤਾ ਮੇਰੇ ਦਾ 1 ਨੰਬਰ ਦਾ ਰਿਸ਼ਤਾ ਹੈ ਕਿਹੜਾ ਕਹਦਾ 2 ਨੰਬਰ ਦਾ ਬਾਈ ਹੈ ਉਹੀ ਗੱਲਾਂ ਨੇ ਫਿਰ ਵੀਰੇ ਦੁਨੀਆ ਮੈਂ ਨਹੀਂ ਜਾਂਦਾ ਭਾਈ ਮੈਂ ਪਰਸੋਂ ਸਹੁਰੇ ਵਗ ਗਿਆ ਭਾਏ ਉੱਥੇ ਗਾ ਸੱਸ ਨਾਲ ਖੜਕ ਗਈ ਮੇਰੀ ਤਾਂ ਬੇਇੱਜ਼ਤੀ ਹੋ ਗਈ ਯਾਰ ਬੈਂਕਲ ਲੈਣ ਗਿਆ ਦੀ ਸਹੁਰੇ ਹੈ ਸਹੁਰੇ ਕਿਉਂ ਨਾ ਜਾਵਾਂ ਹੁਣ ਮੈਂ ਦੱਸ ਹੈ ਉਧਰ ਗਾ ਮੂਰੇ ਸਿਆਲ ਆਈ ਜਾਂਦਾ ਇਹਨੇ ਚੱਕ ਕੇ ਮੇਰਾ ਵਜਾ ਤੂੜੀ ਹੋਏ ਸਿਰ ਤਾਂ ਸੜਾ ਬੋਲੀ ਜਾਂਦਾ ਤੇਰਾ ਦੱਸ ਕਿਹਦੇ ਨਾਲ ਵਗ ਗਿਆ ਤੂੰ ਉੱਥੇ ਓਏ ਮੈਂ ਤੂੰ ਤੇਰੇ ਨਾਲ ਗਿਆ ਸੀ ਕੰਜਰ ਦੇ ਨਾਲ ਉੱਥੇ ਬੇਇੱਜ਼ਤੀ ਕਰਾ ਕੇ ਰੱਖਤੀ ਭੈਣ ਨੂੰ ਮਰਾਵਾ ਤੂੰ ਤੇ ਨੂੰ ਲੈ ਗਿਆ ਤੂੰ ਉੱਥੇ ਹੈ ਕਿਵੇਂ ਚੱਕਿਆ ਜਾਊਗਾ ਇਹ ਮੈਂ ਪਰਾ ਮਾਰਾ ਕਿਆ ਜਾਊਗਾ ਮਰਾ ਸਾ ਕਹੇ ਜਾ ਬੰਦਾ ਯਾਰ ਭਾਗੂਆ ਤੂੰ ਇਹਦੇ ਕੋਈ ਨਾ ਕੋਈ ਸੱਚ ਤਾਂ ਹੀ ਨਹੀਂ ਮੈਨੂੰ ਪਤਾ ਭਾਈ ਮੈਂ ਨਹੀਂ ਸਿਖਾਉਂਦਾ ਹਾਂ ਆਪਾਂ ਕਾ ਸਿਖਾਈਏ ਤੂੰ ਦੇ ਦੋ ਸਿੱਖ ਲਾ ਸਹੁਰੇ ਦਾ ਤੂੰ ਤੈਨੂੰ ਲਾ ਲੈ ਜਾਂਦਾ ਤੂੰ ਨਾ ਮੇਰੀ ਗੱਲ ਸੁਣ ਓਏ ਅੱਖਾਂ ਦਾ ਆਪਰੇਸ਼ਨ ਕਰਾਇਆ ਸੀ ਮੈਂ ਕਿਹੜਾ ਬੌਲਾ ਹੋ ਗਿਆ ਸੀ ਭਾਈ ਤੂੰ ਮਰ ਜਾ ਚੱਕ ਯਾਰ ਉਹ ਜ਼ਮੀਨ ਵਾਲਾ ਫੋਨ ਨਾ ਦੇ ਕਿਤੇ ਆਪਾਂ ਕੀ ਲੈਣਾ ਤੇਰੀ ਉਹ ਚੱਕ ਦੇ ਕੰਜਰ ਦਾ ਮੈਨੂੰ ਪਤਾ ਨਹੀਂ ਭਾਈ ਮਾਲ ਖੜ ਜਾ ਭੈਣ ਦੇ ਯਾਰ ਦਾ ਚੱਕ ਭੈਣ ਦੀ ਮਰਾ ਗਿਆ ਕਹੇ ਜਾ ਬੰਦਾ ਹੈਲੋ ਯਾਰ ਕੋਈ ਲੋੜ ਨਹੀਂ ਮੇਰੇ ਕੋਲ ਆਉਣ ਦੀ ਹੈਲੋ ਕੋਈ ਲੋੜ ਨਹੀਂ ਜਾਣਾ ਪਤਾ ਹਾਂ ਭਾਈ ਖੇਤ ਆ ਭਾਈ ਖੇਤ ਆ ਜਾ ਬੁਲਾ ਲਓ ਖੇਤ ਬੁਲਾ ਲਓ ਉਹਨਾਂ ਨੂੰ ਹਾਂ ਬੁਲਾ ਦੀ ਇੱਥੇ ਆ ਜਾ ਖੇਤ ਆ ਜਾ ਹਾਂ ਆ ਜਾ ਕੋਈ ਨੀ ਕੱਲ ਹੀ ਆ ਵੀ ਟਲ ਗਿਆ ਵੀਰਾ ਟਲ ਗਿਆ ਹੈ ਆ ਜਾ ਇਹਦੇ ਪੁੱਤ ਦੇ ਤਾਂ ਕਿਤੇ ਟੈਲੀਫੋਨ ਦਾ ਵੀ ਨਾ ਪਤਾ ਲੱਗ ਗਾਜਰਾਂ ਗੋਭੀ ਹੈ ਉਹੀ ਦੋ ਸਬਜ਼ੀਆਂ ਮੇਰੇ ਤਾਂ ਮੂੰਹ ਹੋਰ ਹੀ ਹੋਇਆ ਪਿਆਗਾ ਜੇ ਆਪਾਂ ਸਾਗ ਬਣਾ ਲਈਏ ਮਾਸੀ ਸਾਗ ਲੈ ਕੇ ਕੌਣ ਆਊਗਾ ਖੇਤ ਪਤਾ ਕਿੰਨੀ ਦੂਰ ਹੈ ਆਪਣਾ ਖੁਸ਼ ਨਹੀਂ ਹੁੰਦਾ ਆਪਾਂ ਦੋਨੇ ਚੱਲ ਵੜਾਂਗੇ ਤੁਰ ਤੁਰ ਕੇ ਧੱਕੇ ਜਾ ਵੜਾਂਗਾ ਮਾਸੀ ਕਿੱਥੇ ਤੁਰ ਲਾਂਗੇ ਆਪਾਂ ਇੰਨਾ ਕੋਈ ਨਹੀਂ ਇੰਨੀ ਦੂਰ ਜੱਸੇ ਯਾਰ ਗਾ ਜਾਂਦਾ ਤੇ ਉਹਨੂੰ ਕਹਿ ਦਿੰਦੇ ਮਾੜੇ ਡੀਕ ਲੈਨੇ ਜੱਸੇ ਨੂੰ ਸਾ ਕਿੱਥੇ ਜੱਸਾ ਮੇਰੇ ਤਾਂ ਸਾਗ ਖਾਣ ਨੂੰ ਬੁਲਾਈ ਜੀ ਕਰਦਾ ਆਏ ਕਰਾਂਗੇ ਉਹੀ ਸਾਗ ਨੂੰ 4 ਦਿਨ ਤੜਕਾ ਲਾ ਲਾ ਖਾਈ ਜਾਵਾਂਗੇ ਹੈ ਇਹ ਤਾਂ ਜਿੰਨਾ ਪੁਰਾਣਾ ਹੋਈ ਜਾਵੇ ਉਨਾ ਹੀ ਸਵਾਦ ਹੋਈ ਜਾਂਦਾਗਾ ਉਹ ਆ ਗਿਆ ਮਾਸੀ ਜੱਸਾ ਲੈ ਆ ਗਿਆ ਜੱਸਾ ਪੁੱਛਦੀਆਂ ਜੇ ਜਾਊਗਾ ਜੱਸੇ ਵੇ ਮੁੰਡਾ ਆ ਮਾਸੀ ਕਹਿੰਦੀ ਖੇਚੋ ਸਾਗ ਲੈ ਕੇ ਆਣਾ ਚੱਲ ਗਏ ਆਪਾਂ ਕੋਈ ਨਾ ਘੱਟ ਕੇ ਤੱਕ ਵਗਤ ਲਾਂਗੇ ਮਾਸੀ ਤੇ ਫਿਰ ਤਾਂ ਨੇਰਾ ਬਾਲਾ ਹੋ ਜੇ ਫਿਰ ਰਿੱਜੂਗਾ ਕਦੋਂ ਮੈਂ ਚਾਹ ਪਾਣੀ ਦੇ ਪੀਲਾ ਮਾਸੀ ਹੁਣ ਤਾਂ ਆਇਆ ਖੇਤੋਂ ਮੈਂ ਕੋਈ ਨਹੀਂ ਤੂੰ ਮਾਰੇ ਜੇ ਫੇਰ ਪੀ ਲਿਆ ਜੇ ਮਾਰੇ ਸਨ ਤਾਰ ਕੇ ਮੁੜੇ ਆਈ ਉਹ ਕੋਈ ਹੋਰ ਸਬਜ਼ੀ ਸੁਬਜ਼ੀ ਲੈ ਲਓ ਅੱਜ ਸਾਗ ਕਿਹੜਾ ਬੰਨਾ ਹੈ ਚਲ ਆ ਜਾ ਮਾਰੇ ਚੱਲ ਗਿਆ ਆ ਪਹਿਲੀ ਡਾ ਮੈਂ ਤਾਂ ਇੱਥੇ ਰੱਖੀ ਬੈਠੀ ਆ ਜਾ ਭੱਜ ਕੇ ਆ ਭੱਜ ਕੇ ਆ ਫਿਰ ਨੇਰਾ ਵਾਲਾ ਹੋ ਦਿਨ ਤਾਂ ਛਪਦਾ ਜਾਂਦਾਗਾ ਆ ਜਾ ਚਾਹ ਪਾਣੀ ਦਾ ਪੀ ਲੈ ਆ ਰਿਹਾ ਕੁਛ ਨਹੀਂ ਹੁੰਦਾ ਆਪ ਮਿੰਟ ਹੀ ਮੁੜ ਆਵਾਂਗੇ ਚਲ ਆ ਜਾ ਆਏ ਘਰੇ ਬਾਥੂ ਬੂਥੂ ਬਾਵਾ ਸਾਰਾ ਪਾਵਾਂਗੇ ਵਿੱਚ ਪਾਰਕ ਬਾਥੂ ਹੈ ਨਾ ਇੱਥੇ ਹੋ ਜਾ ਤਾਂ ਨੂੰ ਆ ਕੇ ਹਿਸਾਬ ਨਾਲ ਬੈਠੀ ਤੇ ਕੁੜ ਕੇ ਚੱਲ ਚੱਲ ਹੌਲੀ ਕਿਤੇ ਨੇ ਕੱਢੀ ਉੱਥੋਂ ਬਾਹਰ ਤਾਂ ਖੋਲਿਆ ਨਹੀਂ ਮਾਸੀ ਰੋਜ਼ ਚਲਾਉਂਦਾ ਅੱਛਾ ਇਹਨੂੰ ਸਾਰਾ ਪਤਾ ਹੌਲੀ ਹੌਲੀ ਰੁਕ ਜਾ ਮੈਂ ਇਹ ਰੀ ਮਰਾ ਗਿਆ ਕੰਮਾ ਬਰੀ ਵੀਰਾ ਵੀਰਾ ਹੈ
ਬੜਾ ਸਾਲਾ ਸਹੁਰੇ ਕੱਲਾ ਵੱਗ ਗਿਆ। ਫਿਰ ਕਹਿੰਦਾ ਵੀਰਾ ਬੋਲਦਾ, ਵੀਰਾ ਦਾ ਬੋਲੂ, ਵੀਰਾ ਸੱਚ ਬੋਲਦਾ ਤਾਂ ਕੌੜਾ ਲੱਗਦਾ ਮੇਰੇ ਸਾਲੇ। ਹੈ ਹਰੇਕ ਕੰਮ ਵਾਰੀ ਵੀਰਾ ਮੂਹਰੇ, ਹਰੇਕ ਕੰਮ ਵਾਰੀ ਵੀਰਾ ਮੂਹਰੇ, ਜਦੋਂ ਜਨਾਨੀਆਂ ਦਾ ਕੰਮ ਅੱਛਾ। ਆਹ ਜ਼ਮੀਨ ਵਾਹੁਣ ਨੂੰ ਫਿਰਦਾ ਇਹ, ਆਹ ਜ਼ਮੀਨ ਦਾ ਸੌਦਾ ਕਰਨ ਨੂੰ ਫਿਰਦਾ। ਜ਼ਮੀਨ ਤਾਂ ਖਾਸੀ ਸੋਹਣੀ ਆ, ਸੰਤਰੀ ਰੰਗ ਦੀ ਆ ਓਏ ਹੈ ਆਗੂ। ਆਹ ਜਨਾਨੀ ਪਿੱਛੇ ਰੰਗ ਬਟਾ ਗਿਆ, ਕੋਈ ਨਾ ਕੋਈ ਨਾ ਮੇਰਾ ਸਾਲਿਆ, ਕੋਈ ਨਾ। ਹਾਏ 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 ਹਾਏ, ਕੰਜਰ ਦੀਆਂ ਮਸਾਂ ਆਈਆਂ ਉਹ ਵੀ ਇੰਨੇ ਗੁੱਸੇ 'ਚ ਹੈਂ ਤੇਰੇ ਭਲੇ ਤੇਰੇ। ਅੱਜ ਤਾਂ ਭੈਦਾ ਖੀਰੇ ਵਰਗੀ ਅੰਬਰਸੀਆ ਪਾਈ ਫਿਰਦੀ ਆ ਓਏ ਹੈਂ। ਕੈਫੇ 'ਤੇ ਬੰਦਾ ਬੁਲਾਉਂਦਾ ਆ ਕੋਈ ਜਗ੍ਹਾ ਮਿਲਣ ਦੀ, ਓਏ ਕੀ ਕਮਲੀਆਂ ਗੱਲਾਂ ਕਰੀ ਜਾਂਦੀਆਂ ਤੂੰ ਹੈਂ। ਐਦੂ ਮਹਿੰਗੀ ਜਗ੍ਹਾ ਹੋਰ ਕਿਹੜੀ ਹੋ ਸਕਦੀ ਹੈ, ਨਾਲੇ ਆਪਾਂ ਨੂੰ ਜੱਟਾਂ ਨੂੰ ਨਹੀਂ ਕੈਫੇ ਕੂਫੇ ਜਿਹਾ ਰਸ ਆਉਂਦਾ, ਮੁੰਡਾ ਮੋਟਰਾਂ ਹੀ ਰਸ ਆਉਂਦੀਆਂ ਨੇ। ਚੁੱਪ ਚਾਪ ਘਰੇ ਆ, ਭਾਗਵਾਨੇ ਕੀ ਆ ਲੜਾਈ ਝਗੜਿਆਂ ਚ, ਕੰਜਰ ਦੀ ਮੂਹਰੇ ਠੰਡ ਲੰਘ ਜੂ ਸਾਰੀ। ਮੈਂ ਸ਼ਰਤ ਮੰਨ ਲਓ ਮੇਰੀ, ਬੋਲੀਆਂ ਗੱਲਾਂ ਕਰੀ ਜਾਂਦੇ ਜਿਹੜੀ ਚੀਜ਼ ਮੰਨਣ ਵਾਲੀ ਹੈ ਹੀ ਨਹੀਂ, ਕਿਵੇਂ ਮੰਨ ਲਈਏ। ਜੱਸਾ ਦੇ ਪ੍ਰੀਤ ਆਪਣੇ ਜਵਾਕਾਂ ਵਰਗੇ ਨੇ, ਗੁੱਡੀ ਚੱਕ ਚੱਕ ਮੈਂ ਜੱਸੀ ਨੂੰ ਪਾਲਿਆ, ਕਿਵੇਂ ਭੈਣ ਅੱਡ ਕਰਦਾ ਮੈਂ ਨਾ ਉਹਨਾਂ ਨੂੰ, ਮਾਸ ਕਿਵੇਂ ਅੱਡ ਕਰ ਦਾਂਗੇ ਆਪਾਂ ਹੈਂ। ਧੱਕੇ ਮਾਰ ਕੇ ਉਹਨਾਂ ਨੇ ਕੱਢਿਆ ਸੀ ਜੇ ਜਵਾਕ ਸੀ ਤਾਂ। ਮੇਰੀ ਗੱਲ ਸੁਣ, ਬਹੁਤ ਵਾਰ ਜਵਾਕ ਗਲਤੀਆਂ ਕਰਦੇ ਨੇ, ਵੱਡੇ ਬਣ ਕੇ ਸਿਆਣੇ ਮਾਫ਼ ਕਰੀਦਾ ਹੁੰਦਾ, ਨਾਲੇ ਤੇਰੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਕਮਲੀਏ, ਨਾਲੇ ਮੇਰੀ ਜ਼ਿੰਦਗੀ ਖਰਾਬ ਹੋ ਜਾਂਦੀ ਆ। ਕੀ ਕੱਢਦੇ ਆਪਾਂ ਇਹ ਕੰਮਾਂ 'ਚੋਂ ਭਰਾ, ਲੜਾਈ ਝਗੜਿਆਂ 'ਚ? ਮੇਰੀ ਤਾਂ ਕਰਤੀ ਖਰਾਬ ਤੁਸੀਂ। ਮੇਰੀ ਗੱਲ ਸੁਣ, ਮੇਰੇ ਮਲਾਈ ਦਾ ਡੁੰਨਿਆ ਗੁੱਸੇ ਹੋਇਆ ਫਿਰਦਾ ਹੈ, ਗੁੱਸੇ ਕਿਉਂ ਹੋਇਆ ਫਿਰਦਾ ਮਲਾਈ ਦਾ ਡੁੰਨਿਆ? ਉਦੋਂ ਤੱਕ ਨਹੀਂ, ਘਰੇ ਲੈ ਕੇ ਆਓ, ਜਿਹੜੀ ਗੱਲ ਕਰਨ ਨੂੰ ਬੁਲਾਇਆ ਉਹੀ ਗੱਲ ਕਰੋ ਬਸ, ਹੋਰ ਨੂੰ ਕੋਈ। ਕਿਹੜੀ ਗੱਲ ਕਰਨੀ ਆ? ਮੇਰੀ ਗੱਲ ਸੁਣ, ਇੱਧਰ ਕਰ ਪਹਿਲਾਂ ਮੇਰੇ ਘਰੇ, ਐਵੇਂ ਇੱਧਰ ਮੂੰਹ ਕਰ, ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ, ਮੇਰਾ ਤੇਰੇ ਬਿਨਾਂ ਜਮਾਂ ਨਹੀਂ ਸਰਦਾ ਹੈਗਾ। ਤੇਰੇ ਭਾਏ ਕਿਸੇ ਨੂੰ ਨੀ ਹੈਗਾ, ਲਾਈਨ ਘਰਦਾ ਹੀ ਸੀ ਕੰਜਰ ਦੇ ਹੱਦ। ਜਦੋਂ ਆਪਣਾ ਸਾਰਾ ਕੁਛ ਨਿਬੜਾ ਹੁਣ ਮੋਟਰਾਂ ਤੇ ਲਿਆਉਣ ਲੱਗ ਗਿਆ ਤੂੰ, ਮੇਰੀ ਗੱਲ ਸੁਣੋ, ਜਦੋਂ ਮੇਰੇ ਜਵਾਕ ਘਰੇ ਆਉਂਦੇ ਨੇ ਰਾਜੀਵ ਖੁਸ਼ੀ ਹੋ ਕੇ ਯਾਰ, ਕਿਉਂ ਨੀ ਆਉਣ ਦਿੰਦੇ ਤੁਸੀਂ? ਦੂਜੀ ਬੋਲੀ ਜਾਂਦਾ